ਬਿਨਾਂ ਕਿਸੇ ਜਿਹੜਾ ਸੀਗਾ ਪਰਮਿਸ਼ਨ ਦੇ, ਬਿਨਾਂ ਕਿਸੇ ਗਾਉਂ ਸੂਚਨਾ ਦੇ ਮੇਰੀ ਗੈਰ ਹਾਜ਼ਰੀ 'ਚ ਕੱਲ੍ਹ ਮੇਰੇ ਪਹਿਲਾਂ ਧੱਕੇ ਨਾਲ ਬਾਹਰੋਂ ਗੇਟ ਤੋਂ ਅੰਦਰ ਮੇਰੇ ਔਫਿਸ 'ਚ ਆਏ। ਔਫਿਸ ਤੋਂ ਆਉਣ ਤੋਂ ਬਾਅਦ ਉਹਨਾਂ ਨੂੰ ਦੱਸਿਆ ਗਿਆ ਕਿ ਵੀ ਮੈਂ ਇੱਥੇ ਨਹੀਂ ਹੈ। ਉਸਦੇ ਬਾਵਜੂਦ ਜਿਹੜੇ ਮੌਕੇ 'ਤੇ ਮੌਜੂਦ ਅਧਿਕਾਰੀ ਸੀਗੇ ਉਹਨਾਂ ਨੂੰ ਇਹਨਾਂ ਨੇ ਜਿੱਦ ਕੀਤੀ ਕਿ ਮੈਂ ਆਪਣੇ ਬੰਦਿਆਂ ਦੇ ਨਾਲ ਅੰਦਰ ਜਾਣਾ ਪਲਾਂਟ 'ਤੇ। ਉਹਨਾਂ ਨੇ ਦੱਸਿਆ ਕਿ ਅੰਦਰ ਤੁਸੀਂ ਨਹੀਂ ਜਾ ਸਕਦੇ। ਫਿਰ ਉਹਨਾਂ ਨੇ ਧੱਕੇ ਦੇ ਨਾਲ ਫੈਕਟਰੀ ਗੇਟ ਤੋਂ ਅੰਦਰ ਗਏ ਅਤੇ ਫੈਕਟਰੀ ਗੇਟ ਤੋਂ ਅੰਦਰ ਜਾ ਕੇ ਧੱਕੇ ਨਾਲ ਲੈਬ ਦੇ ਵਿੱਚ ਦਾਖਲ ਹੋਏ। ਲੈਬ 'ਚ ਦਾਖਲ ਹੋ ਕੇ ਆਪਣੇ ਨਾਲ ਲਿਆਂਦੇ ਬੰਦਿਆਂ ਤੋਂ ਪਤਾ ਨਹੀਂ ਕਿੱਥੋਂ ਉਹਨਾਂ ਨੇ ਦੁੱਧ ਲੈ ਕੇ ਆਉਂਦਾ ਸੀ ਪੈਕਟ, ਉਹਦੀ ਟੈਸਟਿੰਗ ਕੀਤੀ। ਟੈਸਟਿੰਗ ਕਰਨ ਤੋਂ ਉਪਰੰਤ ਉਹਨਾਂ ਨੇ ਆਪ ਹੀ ਜੱਜ ਬਣ ਕੇ ਉੱਥੇ ਜਿਹੜਾ ਫੈਸਲਾ ਸੁਣਾਇਆ, ਪੱਤਰਕਾਰ ਸੰਮੇਲਨ ਕੀਤਾ ਅੰਦਰ ਹੀ ਲੈਬ ਦੇ, ਜਿਹੜਾ ਕਿ ਹਾਈਜੀਨਿਕ ਕੰਡੀਸ਼ਨ ਲੈਬ ਦੇ ਵਿੱਚ ਸਾਨੂੰ ਮੇਨਟੇਨ ਕਰਨੀਆਂ ਹੁੰਦੀਆਂ, ਉਹਨਾਂ ਦੀਆਂ ਵੀ ਧੱਜੀਆਂ ਉੱਡੀਆਂ, ਜੋ ਕਿ ਇੱਕ ਅਤਿ ਨਿੰਦਨ ਜੋ ਘਟਨਾ ਹੈ। ਕਿਉਂਕਿ ਇਹ ਸਹਿਕਾਰੀ ਸੰਸਥਾ, ਕਿਸਾਨਾਂ ਦੀ ਸੰਸਥਾ, ਉਹਨਾਂ ਨੇ ਕਿਹਾ ਕਿ ਕਿਸਾਨ ਭਲਾਈ ਲਈ ਕੀਤਾ ਆ, ਪਰ ਮੈਂ ਤਾਂ ਇੱਥੇ ਕਹਾਂਗਾ ਕਿ ਇਸ ਘਟਨਾ ਦੇ ਨਾਲ ਜਿਹੜਾ ਅਸੀਂ ਇਸ ਅਦਾਰੇ ਦੇ ਐਕਸ ਨੂੰ ਢਾ ਲੱਗੀ ਆ ਤਾਂ ਉਹਦੇ ਨਾਲ ਸਿੱਧਾ ਜਿਹੜਾ ਨੁਕਸਾਨ ਆ ਉਹ ਕਿਸਾਨਾਂ ਨੂੰ ਹੋਏਗਾ। ਅਤੇ ਜੇ ਕੋਈ ਫਾਇਦਾ ਹੋਏਗਾ ਤਾਂ ਹੋ ਸਕਦਾ ਹੈ ਕਿ ਕਿਸੇ ਹੋਰ ਵਪਾਰਕ ਅਦਾਰੇ ਨੂੰ ਫਾਇਦਾ ਪਹੁੰਚਾਉਣ ਲਈ ਇਹ ਕੰਮ ਉਹਨਾਂ ਨੇ ਕੀਤਾ ਗਿਆ ਹੋਵੇ, ਇਹ ਉਹਨਾਂ ਨੂੰ ਉਹਨਾਂ ਦੀ ਮੰਸ਼ਾ ਹੋ ਸਕਦੀ। ਨਹੀਂ ਤਾਂ ਜੇਕਰ ਉਹਨਾਂ ਨੂੰ ਕੋਈ ਸ਼ੱਕ ਸੀਗਾ ਤਾਂ ਇਹਦੇ ਵਾਸਤੇ ਵੱਖ ਵੱਖ ਅਥਾਰਟੀ ਸਰਕਾਰ ਨੇ ਕਾਨੂੰਨ ਤਹਿਤ, ਕਿਉਂਕਿ ਉਹ ਤਾਂ ਆਪ ਕਾਨੂੰਨ ਘੜਨ ਵਾਲੇ ਆ, ਵਿਧਾਨ ਸਭਾ 'ਚ ਬੈਠ ਕੇ ਕਾਨੂੰਨ ਬਣਾਉਂਦੇ, ਉਹਨਾਂ ਨੂੰ ਇੰਨੀ ਜਾਣਕਾਰੀ ਹੈ ਕਿ ਵੱਖ ਵੱਖ ਥਾਵਾਂ 'ਤੇ ਵੱਖ ਵੱਖ ਅਥਾਰਟੀਜ਼ ਬੈਠੀਆਂ ਦਰਜਾ ਬਦਰਜਾ, ਉਹਨਾਂ ਨੂੰ ਉਚਿਤ ਪੱਧਰ ਦੇ ਉੱਤੇ ਮਾਮਲੇ ਨੂੰ ਉਠਾਇਆ ਜਾ ਸਕਦਾ ਸੀਗਾ ਜਾਂ ਸਾਨੂੰ ਦੱਸਿਆ ਜਾ ਸਕਦਾ ਸੀ, ਅਸੀਂ ਉਹਨਾਂ ਦੀ ਤਸੱਲੀ ਕਰਾ ਸਕਦੇ ਸੀਗੇ। ਪਰ ਇਸ ਦੇ ਉਲਟ ਉਹਨਾਂ ਨੇ ਧੱਕੇ ਨਾਲ ਇਹ ਸਾਰਾ ਵਰਤਾਰਾ ਕੀਤਾ। ਉਹਦੇ ਬਾਰੇ ਸਾਨੂੰ ਕੋਈ ਜਾਣਕਾਰੀ ਨਹੀਂ ਸੀਗੀ ਕਿ ਉਹ ਕੌਣ ਸੀਗਾ, ਪਰ ਜੋ ਉੱਥੇ ਮੌਕੇ 'ਤੇ ਪ੍ਰਤੱਖ ਸ਼ਖਸੀਆਂ ਨੇ ਜਾਂ ਤੁਹਾਡੇ ਪੱਤਰਕਾਰ ਵੀਰਾਂ ਨੇ ਉੱਥੇ ਉਹਨਾਂ ਨੂੰ ਪੁੱਛਿਆ ਤਾਂ ਉਹਨਾਂ ਨੇ ਕਿਹਾ ਕਿ ਇਹਨਾਂ ਨੂੰ ਡੇਅਰੀ ਦਾ ਤਜਰਬਾ ਆ, ਤਕਨੀਕੀ ਉਹਨਾਂ ਕੋਲ ਕੁਆਲੀਫਿਕੇਸ਼ਨ ਕੋਈ ਸੀ ਜਾਂ ਨਹੀਂ ਸੀ, ਉਹਨਾਂ ਨੇ ਜਿਹੜਾ ਟੈਸਟ ਕਰਨ ਵੇਲੇ ਕੋਈ ਜਿਹੜਾ ਪ੍ਰੋਪਰ ਪ੍ਰੋਸੀਜਰ ਹੁੰਦਾ ਟੈਸਟਿੰਗ ਦਾ ਉਹ ਵੀ ਅਡੋਪਟ ਨਹੀਂ ਕੀਤਾ। ਸਾਡੇ ਵੱਲੋਂ ਤਾਂ ਜਦੋਂ ਮੈਂ ਆਇਆ ਤਾਂ ਮੇਰੇ ਜਿਹੜੇ ਸੀਗੇ ਸਾਥੀ ਅਧਿਕਾਰੀਆਂ ਨੇ ਦੱਸਿਆ ਕਿ ਇਸ ਤਰ੍ਹਾਂ ਉਹ ਧੱਕੇ ਨਾਲ ਆ ਕੇ ਉਹਨਾਂ ਨੇ ਇੱਥੇ ਅਦਾਰੇ ਦੇ ਜਿਹੜਾ ਮਾਹੌਲ ਦੇ ਵਿੱਚ ਵਿਘਨ ਪਾਇਆ ਆ, ਤਾਂ ਉਹਦੇ ਵਾਸਤੇ ਅਸੀਂ ਜਿਹੜਾ ਕਾਨੂੰਨੀ ਕਾਰਵਾਈ ਲਈ SHO ਸਰਾਭਾ ਨਗਰ ਨੂੰ ਲਿਖਿਆ ਸੀਗਾ, ਤਾਂ ਉਹਨੂੰ ਅਗਲੀ ਕਾਰਵਾਈ ਜਿਹੜੀ ਆ ਪੁਲਿਸ ਆਪਣੇ ਪੱਧਰ 'ਤੇ ਕਰ ਰਹੀ ਹੈ। ਮੋਟੀ ਜਿਹੀ ਗੱਲ ਹੈਗੀ ਆ, ਕਾਨੂੰਨ ਬਣਾਉਣ ਵਾਲੀ ਸਭਾ ਉੱਥੋਂ ਸਾਰਾ ਕੁਝ ਤੁਰਦਾ, ਚਾਹੇ ਉਹ ਲੋਕ ਸਭਾ ਦੇਸ਼ ਦੀ ਚਾਹੇ ਰਾਜਾਂ ਦੀ ਰਾਜ ਸਭਾ, ਉਸ ਕਾਨੂੰਨ ਉਹ ਨਾ ਐਕਟਾਂ ਦੇ ਮੱਦੇਨਜ਼ਰ ਬਣੇ ਹੋਏ ਨਿਯਮਾਂ ਦੇ ਅਨੁਸਾਰ ਸਾਰਾ ਮੈਂਬਰ ਜਿਹੜਾ ਕਾਨੂੰਨ ਬਣਾਉਣ ਵਾਲੀ ਸਭਾ ਦਾ ਮੈਂਬਰ ਆ, ਕੀ ਉਹ ਕਿਸੇ ਅਦਾਰੇ ਨੂੰ ਚੈੱਕ ਨਹੀਂ ਕਰ ਸਕਦਾ? ਮਜਬੂਰੀ ਕੀ ਆ? ਮਜਬੂਰੀ ਹੈਗੀ ਆ ਵੀ ਇਹ ਯਾਰ, ਇਹ ਤਾਂ ਮੇਰੇ ਬੇਟੇ ਦੇ ਵਿਆਹ 'ਚ ਆਇਆ ਸੀ, ਬਹੁਤ ਵੱਡੀ ਗਿਫਟ, ਇਹ ਮੇਰੇ ਤਾਏ ਦਾ ਲਵਾਇਆ ਹੋਇਆ। ਜੇ ਉਹ ਜਿੰਨੇ ਕੁੱਤੇ ਬਿੱਲੇ ਸਭ ਭੱਜ ਗਏ ਉੱਥੋਂ, ਤੇ ਉਹ ਚਿੜੀ ਨਾਲ ਵੱਗ ਕੇ ਸਮੁੰਦਰ ਚੋਂ ਚੁੰਝ ਭਰ ਭਰ ਕੇ ਅੱਗ ਤੇ ਪਾਉਣ ਲੱਗ ਗਏ। ਤੁਹਾਡੇ ਵਰਗੇ ਬੁੱਧੀਮਾਨ ਨੇ ਪੁੱਛਿਆ ਚਿੜੀ ਇਹ ਪਾਗਲ ਹੋਈ ਹੈ, ਕੀ ਕਰੀ ਜਾਂਦੀ ਹੈ ਤੂੰ? ਕੀਤਾ ਚਿੜੀ ਨੂੰ ਵੀ ਕੀ ਕਮਲ ਕੁੱਟੀ ਜਾਂਦੀ ਹੈ ਤੂੰ, ਤੇਰੀ ਚੁੰਝ ਭਰ ਕੇ ਅੱਗ ਤੇ ਪਾਉਣ ਨਾਲ ਜੰਗਲ ਦੀ ਅੱਗ ਬੁਝਣ ਲੱਗੀ ਹੈ। ਉਹ ਕਹਿੰਦੇ ਜਦੋਂ ਹਿਸਟਰੀ ਲਿਖੀ ਜਾਣੀ ਆ, ਮੇਰਾ ਨਾਮ ਅੱਗ ਬੁਝਾਉਣ ਵਾਲੇ ਦੀ ਲਿਸਟ 'ਚ ਹੋਊਗਾ, ਤੁਰੂਗਾ ਕੌਣ? ਮੈਨੂੰ ਫੈਟ ਤੇ SNF ਦੇ ਨਾਮ ਦੇ ਉੱਤੇ ਠੱਗੀ ਆ ਉਹ ਫਾਰਮਰ, ਜਿਹੜਾ ਫਾਰਮਰ ਕਰਜਈ ਹੈ, ਪੈਸੇ ਤਕਰੀਬਨ 200 ਕਰੋੜ ਰੁਪਈਆ ਇੱਕ ਸਾਲ ਦਾ ਬਣਦਾ, ਤੇ ਉਹ 200 ਕਰੋੜ ਰੁਪਈਆ ਅਸੀਂ ਕਰਜਈ ਜਿਹੜੇ ਵਿਚਾਰੇ ਛੋਟੇ ਛੋਟੇ, ਕੋਈ 5 ਲੱਖ, ਕੋਈ 6 ਲੱਖ, ਕੋਈ 3 ਲੱਖ, ਰੋਜ਼ ਦੀਆਂ ਅਖਬਾਰਾਂ ਦੀਆਂ ਖਬਰਾਂ ਬਣਦੀਆਂ ਨੇ ਸੁਈਸਾਈਡ ਕਰ ਰਹੇ, ਵੀ ਅਸੀਂ ਇਹ ਪੈਸੇ ਉਹਨਾਂ ਨੂੰ ਦੇ ਦਿਆਂਗੇ। ਬੜੀ ਹੈਰਾਨਗੀ ਦੀ ਗੱਲ ਆ ਕਿ ਮੈਂ ਮੀਡੀਆ ਤੇ ਇਲੈਕਟ੍ਰੋਨਿਕ ਮੀਡੀਆ ਨੂੰ ਨਾਲ ਲੈ ਕੇ ਗਿਆ, ਤੇ ਪਿਛਲੇ 15 ਦਿਨ ਤੋਂ, ਕੱਲਾ ਲੁਧਿਆਣਾ ਨਹੀਂ, ਪਿਛਲੇ 15 ਦਿਨ ਤੋਂ ਪੰਜਾਬ ਦੇ ਅੰਦਰ ਵੇਰਕਾ ਦੇ ਜਿੱਥੇ ਜਿੱਥੇ ਕਾਰਖਾਨੇ ਲੱਗੇ ਆ, ਉਹਨਾਂ ਦੇ ਉਸੇ ਬਾਹਰਲੇ ਜਿਹੜਾ ਆਊਟਲੈਟ ਬੂਥ ਹੈਗਾ ਉੱਥੋਂ ਦੁੱਧ ਪਰਚੇਜ਼ ਕਰਕੇ ਉਹਨਾਂ ਦੀ ਫੈਟ ਤੇ SNF ਚੈੱਕ ਕਰਾਇਆ,
ਦੁੱਧ ਕੀ ਆ, ਦੁੱਧ ਦੇ ਵਿੱਚ ਦੋ ਜਿਹੜੇ ਤੱਤ ਹੈਗੇ ਆ ਜਿਨ੍ਹਾਂ ਨੂੰ ਲੈ ਕੇ ਰੇਟ ਫਿਕਸ ਹੁੰਦਾ, ਇੱਕ ਹੈਗੀ ਆ ਫੈਟ ਤੇ ਦੂਸਰਾ ਹੈਗਾ SNF। SNF ਦਾ ਮਤਲਬ ਆ ਸੋਲਿਡ ਨਾਟ ਫੈਟ, ਮਤਲਬ ਕਿ ਜਿਹਦੇ ਤੋਂ ਸੁੱਕਾ ਦੁੱਧ ਨਿਕਲਦਾ, ਇੱਕ ਦੇ ਕਹਿ ਦਈਏ ਦੇਸੀ ਭਾਸ਼ਾ ਦੇ ਵਿੱਚ ਇੱਕ ਤੋਂ ਘਿਓ ਨਿਕਲਦਾ ਤੇ ਦੂਸਰੇ SNF ਜਿਹੜਾ ਸੋਲਿਡ ਨਾਟ ਫੈਟ ਉਹਦੇ ਚੋਂ ਨਿਕਲਦਾ ਸੁੱਕਾ ਦੁੱਧ ਜਿਹਨੂੰ ਪਾਊਡਰ ਕਹਿੰਦੇ ਨੇ, ਮਿਲਕ ਪਾਊਡਰ। ਤੇ ਪੈਕਟ ਦੇ ਉੱਤੇ ਲਿਖਿਆ ਹੋਇਆ 8.5 SNS ਤੇ ਫੈਟ।